ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਮੌਜੂਦ ਹਾਂ, ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਮੌਜੂਦ ਹਾਂ। ਸੁਲਤਾਨਪੁਰ ਲੋਧੀ ਦੀ ਉਹ ਧਰਤੀ ਹੈ ਜਿੱਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਗੁਜ਼ਾਰਿਆ। ਗੁਰਦੁਆਰਾ ਬੇਰ ਸਾਹਿਬ ਵਿਖੇ ਮੌਜੂਦ ਹਾਂ। ਇੱਥੇ ਗੁਰੂ ਜੀ ਨੇ ਲੰਬਾ ਸਮਾਂ ਭਗਤੀ ਕੀਤੀ ਸੀ। ਇਸ ਸਥਾਨ 'ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਾਗਮਾਂ ਦੀ ਆਰੰਭਤਾ 13 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਹੋਣੀ ਹੈ। 13 ਤਰੀਕ ਨੂੰ ਮੱਧ ਰਾਤ ਦੀ, ਜਿਹੜਾ 13 ਤਰੀਕ ਦੀ ਮੱਧ ਰਾਤ ਹੈ, ਉਸ ਵੇਲੇ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ ਅਤੇ 15 ਤਰੀਕ ਦੀ ਮੱਧ ਰਾਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਨੇ। 14 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾਣਾ, ਜਿਹੜਾ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਤੋਂ ਆਰੰਭ ਹੋਣਾ ਅਤੇ ਵੱਖ ਵੱਖ ਸ਼ਹਿਰ ਦੇ ਹਿੱਸਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਆ ਕੇ ਸਮਾਪਤ ਹੋਣਾ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦਾ ਜਿਹੜਾ ਆਗਮਨ ਹੈ ਉਹ ਇੱਥੇ ਸ਼ੁਰੂ ਹੋ ਚੁੱਕਾ ਹੈ। ਗੁਰਦੁਆਰਾ ਸਾਹਿਬ ਨੂੰ ਰੰਗ ਬਿਰੰਗੀਆਂ ਲੜੀਆਂ ਦੇ ਨਾਲ ਸਜਾਇਆ ਗਿਆ, ਰੰਗ ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ ਔਰ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਇੱਥੇ ਜਿਹੜੇ ਕਿ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਸੰਗਤਾਂ ਦਾ ਜਿਹੜਾ ਆਗਮਨ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਹੋਣਾ ਸ਼ੁਰੂ ਹੋ ਗਿਆ। ਇਸ ਵੇਲੇ ਸਿੱਧੀਆਂ ਤਸਵੀਰਾਂ ਇੱਥੇ ਗੁਰਦੁਆਰਾ ਸਾਹਿਬ ਤੋਂ ਦਿਖਾ ਰਹੇ ਹਾਂ, ਕੁਝ ਸੰਗਤਾਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆ ਗੁਰਦੁਆਰਾ ਸਾਹਿਬ ਵਿਖੇ ਅੱਜ ਪਹੁੰਚੇ ਹੋ, ਪ੍ਰਕਾਸ਼ ਪੁਰਬ ਹੈਗਾ, ਕਿੱਦਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਹਾਂਜੀ, ਕਿੰਨੇ ਚਿਰ ਬਾਅਦ ਆਉਣੇ ਗੁਰਦੁਆਰਾ ਸਾਹਿਬ? ਅਸੀਂ ਆਈ ਜਾਈਦਾ ਮਹੀਨੇ ਦੇ ਵਿੱਚ 2-3 ਵਾਰੀ ਆ ਜਾਈਦਾ। ਕੀ ਇੱਥੇ ਆ ਕੇ ਤੁਹਾਨੂੰ ਸ਼ਾਂਤੀ ਮਿਲਦੀ? ਸਕੂਨ ਮਿਲਦਾ, ਇੱਕ ਰੂਹ ਨੂੰ ਖੁਰਾਕ ਮਿਲਦੀ ਆ ਕਿ ਗੁਰੂ ਮਹਾਰਾਜ ਦੇ ਦਰਸ਼ਨ ਹੋ ਜਾਂਦੇ। ਤਾਂ ਨਿਹੰਗ ਸਿੰਘ ਫੌਜਾਂ ਵੀ ਇੱਥੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਵਾਹੀ ਵਾਹੀ ਖਾਲਸਾ ਵੀ ਫਤਿਹ। ਹੋਰ ਗੁਰੂ ਪਿਆਰੇ ਚੜ੍ਹਦੇ ਕਦੇ ਹੋ? ਹਾਂਜੀ, ਧੰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੇ ਸ਼ੁਭ ਅਵਤਾਰ ਦਿਹਾੜੇ ਆ ਰਹੇ ਨੇ। ਸੋ ਬੜੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਦੇਸਾਂ ਵਿਦੇਸਾਂ ਦੇ ਵਿੱਚ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਭਲਾ ਕਰਨ ਔਰ ਇਹ ਜਿਹੜਾ ਸਥਾਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਇਹ ਬੰਦਗੀ ਦਾ ਘਰ ਆ। ਇੱਥੇ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਅਨੇਕਾਂ ਹੀ ਚੋਜ ਕੀਤੇ ਨੇ ਅਤੇ ਬੰਦਗੀ ਕਰਕੇ ਸਾਨੂੰ ਵੀ ਇਹ ਸੇਧ ਦਿੱਤੀ ਆ ਕਿ ਬੰਦਗੀ ਕਰਕੇ ਤੁਸੀਂ ਵੀ ਜੀਵਨ ਦਾ ਪਾਰ ਉਤਾਰਾ ਕਰ ਸਕਦੇ ਹੋ। ਸਾਨੂੰ ਵੱਧ ਤੋਂ ਵੱਧ ਗੁਰੂ ਖਾਲਸੇ ਪੰਥ ਦੀ, ਗੁਰੂ ਘਰਾਂ ਦੀ ਸੇਵਾ ਕਰਨੀ ਚਾਹੀਦੀ ਆ ਅਤੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਚਾਹੀਦੇ ਆ। ਗੁਰਬਾਣੀ ਦੇ ਨਾਲ ਜੁੜ ਕੇ ਗੁਰਸਿੱਖੀ ਜੀਵਨ ਅਪਣਾ ਕੇ ਆਪਣਾ ਸਦਾ ਵਾਸਤੇ ਜੀਵਨ ਜਿਹੜਾ ਵਾ ਗੁਰੂ ਦੇ ਅਰਪਣ ਕਰਨਾ ਚਾਹੀਦਾ। ਇੰਨਾ ਕੁਛ ਬੋਲਦਾ ਹੋਇਆ ਖਿਮਾ ਦਾ ਜਾਚਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਹਾਨੂੰ ਪ੍ਰਕਾਸ਼ ਪੁਰਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਸੁਲਤਾਨਪੁਰ ਦੀ ਨਗਰੀ ਆ, ਇੱਥੇ ਗੁਰੂ ਸਾਹਿਬਾਂ ਨੇ ਬੜੇ ਭਾਗ ਲਾਏ ਇਸ ਨਗਰੀ ਨੂੰ। ਇੱਥੇ ਗੁਰੂ ਘਰ ਵੀ, ਗੁਰਦੁਆਰੇ ਬੇਅੰਤ ਆ, ਉਹ ਵੀ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਰਹੇ ਔਰ ਉਹਨਾਂ ਦੇ ਭੈਣ ਜੀ, ਵੱਖਰੇ ਵੱਖਰੇ ਘਰ ਆ ਔਰ ਵੱਖਰੇ ਵੱਖਰੇ ਉੱਥੇ ਸਥਾਨ ਗੁਰਦੁਆਰੇ ਸਾਹਿਬ ਬਣੇ ਹੋਏ ਆ। ਅੱਜ ਆ ਜਿੰਨੀਆਂ ਸੰਗਤਾਂ ਬੇਰ ਸਾਹਿਬ ਨਤਮਸਤਕ ਹੋਣ ਵਾਸਤੇ ਆਈਆਂ, ਕਿਉਂਕਿ
ਲੋਕਾਂ 'ਚ ਕਪੂਰਥਲੇ ਸ਼ਹਿਰ ਤੋਂ ਜਿਹੜਾ ਅੱਜ ਨਗਰ ਕੀਰਤਨ ਆਇਆ ਬਹੁਤ ਮਹਾਨ ਸੀ। ਔਰ ਦੱਸ ਜੇ ਇਹ ਵੀ ਗੱਲ ਕਵੇ ਤਾਂ ਅਸੀਂ ਕਪੂਰਥਲੇ ਤੋਂ ਜਦੋਂ ਚੱਲੇ ਆਉਣਾ ਤਾਂ ਉੱਥੋਂ ਹੀ ਸੰਗਤ ਜਿਹੜੀ ਸੀ ਉਹ ਆ ਰਹੀ ਸੀ ਔਰ ਸੁਲਤਾਨਪੁਰ ਲੋਧੀ ਪਹੁੰਚਦਿਆਂ ਤੱਕਰ ਸੰਗਤ ਦੇ ਉਸੇ ਤਰ੍ਹਾਂ ਹੀ ਬਹੁਤ ਵੱਡਾ ਇਕੱਠ ਬੜੇ ਤਾਂਤੇ ਲੱਗੇ ਹੋਏ ਸੀ ਰਸਤੇ ਦੇ ਵਿੱਚ। ਗੁਰਮੁਖਾਂ ਪਿਆਰਿਆਂ ਨੇ ਸੰਗਤਾਂ ਨੇ ਸੰਗਤਾਂ ਵਾਸਤੇ ਬਹੁਤ ਮਹਾਨ ਲੰਗਰ ਚਾਹਵਾਂ ਦੇ ਲੰਗਰ ਲੰਗਰ ਪਾਣੀ ਹੋਰ ਬਣੀਆਂ ਬਣੀਆਂ ਵਸਤੂ ਜਿਹੜੀਆਂ ਫਲ ਫਰੂਟ ਦੇ ਜੂਸ ਦੇ ਬਹੁਤ ਸੰਗਤਾਂ ਨੇ ਸੰਗਤਾਂ ਵਾਸਤੇ ਲਿਆਂਦੇ ਸਨ ਵੰਡੇ ਸਨ। ਇਸ ਵਾਸਤੇ ਇਹ ਜਿਹੜਾ ਅੱਜ ਦਾ ਦਿਨ ਆ ਸਾਰੇ ਜਗਤ ਨੂੰ ਜਗਤ ਗੁਰੂ ਬਾਬਾ ਨਾਨਕ ਆਇਆ ਇਹ ਸਾਰੇ ਜਗਤ ਨੂੰ ਇਸ ਦਿਨ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਬਾਬਾ ਜੀ ਇੱਕ ਗੱਲ ਦੇਖਣ ਚ ਆਈ ਹੈ ਜਿਹੜੀ ਪੈਦਲ ਯਾਤਰਾ ਤੁਸੀਂ ਜ਼ਿਕਰ ਕਰ ਰਹੇ ਹੋ ਕਪੂਰਥਲਾ ਤੋਂ ਆ ਰਹੀ ਹੈ ਤਾਂ ਬਹੁਤ ਸਾਰੇ ਬੀਬੀਆਂ ਉੱਥੇ ਇਸ ਤਰ੍ਹਾਂ ਦੇ ਨੇ ਅਸੀਂ ਦੇਖੇ ਹਾਂ ਪਿੱਛੇ ਕਿ ਸੈਰ ਨੰਗੇ ਹੈਗੇ ਉਹਨਾਂ ਦੇ ਹੈ ਸੈਰ ਨੰਗੇ ਸੈਰ ਆ ਰਹੀਆਂ। ਇਹ ਤਾਂ ਠੀਕ ਹੈ ਤੁਹਾਡਾ ਵਚਨ ਬਹੁਤ ਸੋਹਣਾ ਵਾ ਬਹੁਤ ਵੱਡੀ ਗੱਲ ਤੁਸੀਂ ਕੀਤੀ ਆ ਗੁਰਮਰਯਾਦਾ ਦੀ ਗੱਲ ਕੀਤੀ ਆ। ਇਹ ਤਾਂ ਸੰਗਤਾਂ ਨੂੰ ਵੀ ਚਾਹੀਦਾ ਬੀਬੀਆਂ ਨੂੰ ਵੀ ਭੈਣਾਂ ਨੂੰ ਵੀ ਚਾਹੀਦਾ ਵੀ ਜਦੋਂ ਆਪਾਂ ਇਹੋ ਜਿਹੇ ਸਮਾਗਮਾਂ 'ਤੇ ਆਉਂਦੇ ਹਾਂ ਜਾਂ ਇਹੋ ਜਿਹੇ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਹਾਂ ਅਤੇ ਸਿਰ ਢੱਕਣੇ ਚਾਹੀਦੇ ਆ ਸਿਰ ਨੰਗਾ ਤਾਂ ਰੱਖਣਾ ਹੀ ਨਹੀਂ ਚਾਹੀਦਾ। ਇਸ ਵਾਸਤੇ ਅਸੀਂ ਵੀ ਬੇਨਤੀ ਕਰਾਂਗੇ ਔਰ ਤੁਸੀਂ ਵੀ ਤੁਹਾਡੀ ਸਾਰੀ ਦੁਨੀਆਂ ਦੇ ਵਿੱਚ ਆਪਣੇ ਗੱਲ ਜਾਂਦੀ ਆ ਜੀ ਤੁਸੀਂ ਵੀ ਕਿਹੋ ਵੀ ਇਹ ਜਿਹੜਾ ਦਿਨ ਆ ਬੜਾ ਮਹਾਨ ਦਿਨ ਆ ਇਹਦੇ 'ਤੇ ਸਾਰੀਆਂ ਸੰਗਤਾਂ ਨੂੰ ਆਪਣਾ ਬੀਬੀਆਂ ਨੂੰ ਖਾਸ ਕਰਕੇ ਵੀਰਾਂ ਦੇ ਸਿਰ 'ਤੇ ਤਾਂ ਹੁੰਦੇ ਹੀ ਆ ਦਮਾਲੇ ਆ ਪੱਗਾਂ ਵਾ ਪਟਕੇ ਵੱਜੇ ਹੁੰਦੇ ਆ ਭੈਣਾਂ ਨੂੰ ਵੀ ਚਾਹੀਦਾ ਵਾ ਕਿ ਉਹ ਵੀ ਸਿਰ ਢੱਕ ਕੇ ਆਉਣ ਕਿਉਂਕਿ ਬੜਾ ਮਹਾਨ ਦਿਨ ਆ ਗੁਰੂ ਸਾਹਿਬ ਨੇ ਬੜੀ ਇਸ ਧਰਤੀ ਨੂੰ ਭਾਗ ਲਾਏ ਆ ਬੜੀ ਪਵਿੱਤਰ ਧਰਤੀ ਆ ਸੁਲਤਾਨਪੁਰ ਲੋਧੀ ਦੀ ਇੱਥੇ ਹੀ ਉਹਨਾਂ ਦੀ ਭੈਣ ਜੀ ਰਹਿ ਬਾਬਾ ਜੀ ਰਹਿ ਗੁਰੂ ਨਾਨਕ ਦੇਵ ਸਾਹਿਬ ਜੀ ਆਹ ਜਿਸ ਸਥਾਨ 'ਤੇ ਆਪਾਂ ਖੜ੍ਹੇ ਹਾਂ ਇਹ ਵੀ ਦਾਸ ਦੇਖਦਾ ਰਿਹਾ ਬੜੀ ਦੇਰ ਹੋ ਗਈ ਆ ਕਿ ਆਹ ਜਿਹੜੀ ਵਹੀ ਹੈ ਤਾਂ ਉੱਤੇ ਹੋਰ ਸੀਗੀ ਚੱਲਦੀ ਇਹ ਫਿਰ ਹੁਣ ਇਹਦੀ ਸੇਵਾ ਕੀਤੀ ਸੀਚੇ ਵਾਲੀਆਂ ਸੰਤਾਂ ਨੇ ਕੁਛ ਗੁਰਦੁਆਰੇ ਸਾਹਿਬ ਨੇ ਜਾਂ ਸੰਗਤਾਂ ਨੇ ਸੇਵਾ ਕਰਕੇ ਇਹਨੂੰ ਬਹੁਤ ਸੁੰਦਰ ਬਣਾਤਾ ਔਰ ਬੜੀ ਦੂਰ ਤੱਕ ਜਿਹੜਾ ਅੰਤਰ ਜਾਮਤਾ ਗੁਰਦੁਆਰਾ ਸਾਹਿਬ ਆ ਉੱਥੋਂ ਤੱਕ ਪੂਰੀ ਪੱਕੀ ਕੀਤੀ ਆ ਉਹਦੀਆਂ ਪਰੜੀਆਂ ਵੀ ਪੱਕੀਆਂ ਵਿੱਚੋਂ ਵੀ ਪੱਕੀ ਆ ਇਸ ਵਾਸਤੇ ਸੰਗਤਾਂ ਨੇ ਇੱਥੇ ਬਹੁਤ ਸੇਵਾ ਕਰਕੇ ਇਸ ਧਰਤੀ ਨੂੰ ਭਾਗ ਲਾਏ ਆ ਗੁਰੂ ਸਾਹਿਬ ਨੇ ਬੜੇ ਵੱਡੇ ਭਾਗ ਲਾਏ ਆ ਜਿਹੜੇ ਕਿ ਸੰਗਤਾਂ ਤੋਂ ਸੇਵਾ ਐਡੀ ਵੱਡੀ ਕਰਾਈ ਆ ਇਸ ਵਾਸਤੇ ਇਹਨਾਂ ਵੀਰਾਂ ਦਾ ਵੀ ਪੱਤਰਕਾਰਾਂ ਦਾ ਮੂਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਬੜੀ ਵੱਡੀ ਸੇਵਾ ਇਹਨਾਂ ਦੀ। ਕਿਉਂ ਨਿਹੰਗ ਸਿੰਘ ਫੌਜਾਂ ਵੱਲੋਂ ਇੱਥੇ ਕੋਈ ਇਸ ਵਾਰ ਮਹੱਲਾ ਸਜਾਇਆ ਜਾਣਾ? ਹਾਂਜੀ ਹਾਂਜੀ ਮਹੱਲੇ ਨਿਕਲਦੇ ਆ ਜੀ ਔਰ ਆ ਹਰੀਆਂ ਵੇਲਾਂ ਵਾਲੇ ਜਿਹੜੇ ਮਹਾਂਪੁਰਖ ਆ ਉਹਨਾਂ ਦਾ ਹਰਲਾ ਕੇ ਸਥਾਨ ਆ ਨਿਹੰਗਾਂ ਸਿੰਘਾਂ ਦਾ ਇੱਥੇ ਬਹੁਤ ਇਕੱਠ ਵੱਠ ਹੁੰਦੇ ਆ ਜਦੋਂ ਕਿ ਆਪਣੇ ਇੱਥੇ ਮੇਲੇ ਮਨਾਇਆ ਜਾਂਦਾ ਅੱਜ ਤਾਂ ਨਹੀਂ ਇੱਥੇ ਘੋੜੇ ਘੋੜੇ ਸਿੰਘਾਂ ਦੇ ਨਜ਼ਰ ਆਉਂਦੇ ਜੀ। ਜਿੱਦਾਂ ਪੈਦਲ ਯਾਤਰਾ ਦੇ ਵਿੱਚ ਤੁਸੀਂ ਇੱਥੇ ਜਾਗਰੂਕ ਕਰ ਰਹੇ ਹੋ ਜਿਹੜੇ ਬੱਚੇ ਨਹੀਂ ਮਰਿਆਦਾ ਚੱਲ ਰਹੇ? ਹਾਂਜੀ ਉਹਦੇ ਮਾਤਾ ਪਿਤਾ ਨੂੰ ਵੀ ਚਾਹੀਦਾ ਨਾ ਵੀ ਉਹਨਾਂ ਨੂੰ ਸਮਝਾਉਣ ਬੱਚੇ ਤਾਂ ਬੱਚੇ ਹੀ ਹੁੰਦੇ ਆ ਇੱਥੇ ਤਾਂ ਸਿਆਣੇ ਅੱਜ ਕੱਲ੍ਹ ਕਈ ਗਲਤੀਆਂ ਕਰਦੇ ਆ ਤੇ ਬੱਚੇ ਆ ਉਹਨਾਂ ਨੂੰ ਮਾਤਾ ਨੂੰ ਚਾਹੀਦਾ ਉਹਨਾਂ ਦੀ ਨੂੰ ਉਹਨਾਂ ਦੇ ਪਿਤਾ ਨੂੰ ਚਾਹੀਦਾ ਕਿ ਉਹਨਾਂ ਨੂੰ ਸਮਝਾਉਣ ਵੀ ਆਪਾਂ ਗੁਰਸਿੱਖ ਆ ਆਪਾਂ ਨੂੰ ਨੰਗੇ ਸਿਰ ਫਿਰਨਾ ਜਾਂ ਇੱਧਰ ਉੱਧਰ ਘੁੰਮਣਾ ਨਹੀਂ ਸੋਭਾ ਦਿੰਦਾ। ਇਹ ਪਿਕਨਿਕ ਸਪੋਟ ਦੇ ਤੌਰ ਤੇ ਕਈ ਲੈ ਲੈਂਦੇ ਲੋਕ ਕਿ ਚਲੋ ਘੁੰਮਣ ਫਿਰਨ ਦਾ ਤੌਰ ਤੇ ਅਸੀਂ ਜਾਇਓ ਨਹੀਂ
ਘੁੰਮਣ ਫਿਰਨ ਦਾ ਜਿੱਥੇ ਮਰਜ਼ੀ ਫਿਰ ਲਈਏ ਇੱਥੇ ਤੇ ਜਦੋਂ ਆਉਂਦੇ ਹਾਂ ਆਪਾਂ ਮਨ 'ਚ ਇਹੀ ਧਾਰ ਕੇ ਆਉਣਾ ਚਾਹੀਦਾ ਅਸੀਂ ਬੜੇ ਵੱਡੇ ਸਥਾਨ ਤੇ ਗੁਰੂ ਦੀ ਨਗਰੀ ਵਿੱਚ ਜਾ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਆਪਾਂ ਜਦੋਂ ਤੁਰਦੇ ਹਾਂ ਉਦੋਂ ਵੀ ਕਹੀਦਾ ਵੀ ਅਸੀਂ ਰਸਤੇ ਵਿੱਚ ਮਹਾਰਾਜ ਚੱਲਣ ਲੱਗੇ ਹਾਂ, ਆਪ ਜੀ ਨੇ ਅੰਗ ਸੰਗ ਹੋ ਕੇ ਸਾਡੀ ਸਹਾਇਤਾ ਕਰਨੀ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਜਿੰਨੀਆਂ ਸੰਗਤਾਂ ਆਈਆਂ ਬਹੁਤ ਸਤਿਕਾਰਯੋਗ ਨੇ ਔਰ ਇਹਨਾਂ ਨੂੰ ਲੱਖ ਲੱਖ ਵਧਾਈ ਔਰ ਆਪਣੇ ਤੁਹਾਡੇ ਜਿੰਨਾ ਵੀ ਸਟਾਫ ਆ ਮੈਨੂੰ ਬੜਾ ਚੰਗਾ ਲੱਗਿਆ, ਸਾਨੂੰ ਖਿਲਾਰ ਕੇ ਆਹ ਆਵਾਜ਼ ਮਾਰ ਕੇ ਤੁਸੀਂ ਇੰਟਰਵਿਊ ਲਈ ਆ, ਇਸ ਵਾਸਤੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਨਿਹੰਗ ਸਿੰਘ ਫੌਜਾਂ ਵੀ ਇੱਥੇ ਪਹੁੰਚ ਰਹੀਆਂ ਨੇ ਲਗਾਤਾਰ ਸਮਾਗਮਾਂ ਨੂੰ ਲੈ ਕੇ ਤੇ ਅੱਜ ਵੱਖ ਵੱਖ ਥਾਵਾਂ ਤੋਂ ਨਗਰ ਕੀਰਤਨ ਵੀ ਪੁੱਜੇ ਨੇ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਪ੍ਰਬੰਧ ਪੁਖਤਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੀ ਇੱਥੇ ਆਪਣੇ ਤੌਰ ਤੇ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਜਾਣੇ ਨੇ ਤਾਂ ਤਮਾਮ ਪ੍ਰਬੰਧ ਨੇ ਉਹ ਮੁਕੰਮਲ ਹੋ ਚੁੱਕੇ ਨੇ। ਹਮਦਰਦ ਟੀਵੀ ਦੇ ਜ਼ਰੀਏ ਤਮਾਮ ਜਿਹੜੀਆਂ ਤਸਵੀਰਾਂ ਨੇ ਸਿੱਧਾ ਪ੍ਰਸਾਰਣ ਹੈ, ਜੋ ਵੀ ਇੱਥੇ ਸਮਾਗਮ ਹੋਣੇ ਨੇ ਉਹ ਅਸੀਂ ਤੁਹਾਨੂੰ ਲਗਾਤਾਰ ਸਿੱਧਾ ਜਿਹੜਾ ਪ੍ਰਸਾਰਣ ਹੈ ਉਹ ਦਿਖਾਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਗੁਰਬਖਸ਼ ਸਿੰਘ ਮੈਨੇਜਰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੇਰ ਸਾਹਿਬ ਵਿਖੇ ਸਾਰੇ ਪ੍ਰਬੰਧ ਜਿਹੜੇ ਹਨ ਰਹਿਸ਼ ਦਾ ਲੰਗਰ ਦਾ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਹੈ। ਜਨਮ ਦਿਨ ਨੂੰ ਮੁੱਖ ਰੱਖਦਿਆਂ ਗੁਰਦੁਆਰੇ ਨੂੰ ਸਜਾਇਆ ਗਿਆ ਹੈ। ਸੰਗਤਾਂ ਜਿਹੜੀਆਂ ਹਨ ਵੱਧ ਤੋਂ ਵੱਧ ਇਸ ਅਸਥਾਨ 'ਤੇ ਹਾਜ਼ਰੀ ਭਰਨ ਵਾਸਤੇ ਆ ਰਹੀਆਂ ਹਨ। ਮਿਤੀ 13-14 ਦੀ ਦਰਮਿਆਨੀ ਰਾਤ ਨੂੰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅਖੰਡ ਜਾਪ ਜਿਹੜੇ ਹਨ ਉਹ ਆਰੰਭ ਕੀਤੇ ਜਾਣਗੇ। 14 ਤਰੀਕ ਨੂੰ ਗੁਰਦੁਆਰਾ ਸੰਤ ਘਾਟ ਤੋਂ ਹਰ ਸਾਲ ਦੀ ਤਰ੍ਹਾਂ ਪੰਜਾਂ ਪਿਆਰਿਆਂ ਦੀ ਅਗਵਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਵੇਗਾ। ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਸ ਸਥਾਨ ਗੁਰਦੁਆਰਾ ਬੇਰ ਸਾਹਿਬ ਵਿਖੇ ਸਮਾਪਤੀ ਹੋਵੇਗੀ। ਉਸ ਤੋਂ ਉਪਰੰਤ 14 ਦੀ ਰਾਤ ਨੂੰ ਹੀ ਦੀਵਾਨ ਸਜਾਏ ਜਾਣਗੇ। 15 ਦੀ ਰਾਤ ਨੂੰ ਅਤਿਸ਼ਬਾਜ਼ੀ ਜਿਹੜੀ ਹੈ ਉਹ ਚਲਾਈ ਜਾਵੇਗੀ। 15 ਅਤੇ 16 ਦੀ ਦਰਮਿਆਨੀ ਰਾਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਹਨ ਉਹਨਾਂ ਦੇ ਭੋਗ ਪਾਏ ਜਾਣਗੇ। 1:40 'ਤੇ ਨਾਵੇਂ ਮਹੱਲੇ ਦੇ ਸਲੋਕ ਜਿਹੜੇ ਹਨ ਉਹ ਆਰੰਭ ਕੀਤੇ ਜਾਣਗੇ। ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ 16 ਨਵੰਬਰ ਨੂੰ ਦਿਨ ਵੇਲੇ ਜਿਸ ਤਰ੍ਹਾਂ ਹਰ ਸਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਮਹੱਲਾ ਕੱਢਦੀਆਂ ਹਨ ਉਹ ਸਾਰੇ ਸ਼ਹਿਰ ਦੀ ਪਰਿਕਰਮਾ ਕਰਕੇ 16 ਨਵੰਬਰ ਨੂੰ ਮਹੱਲਾ ਕੱਢਣਗੀਆਂ। ਸਾਡੇ ਵਿੱਚ
ਮਾਨਯੋਗ ਜਥੇਦਾਰ ਬਲਦੇਵ ਸਿੰਘ ਜੀ ਕਲਿਆਣ, ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਮੌਜੂਦ ਹਨ। ਸਾਰੇ ਪ੍ਰਬੰਧਾਂ ਦੀ ਉਹ ਆਪ ਦੇਖ ਰੇਖ ਕਰ ਰਹੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਸਜਾਵਟ ਜਿਹੜੀ ਹੈ ਉਹਦੀ ਵੀ ਦੇਖ ਰੇਖ ਕਰ ਰਹੇ ਹਨ। ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ। ਜੀ ਆਇਆਂ ਅਤੇ ਧੰਨਵਾਦ। ਖਾਲਸਾ ਵਾਹਿਗੁਰੂ। ਦੇਖੋ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵੱਸਦੀਆਂ ਹਨ, ਇਹ ਨਹੀਂ ਵੀ ਕੇਵਲ ਇੰਡੀਆ ਜਾਂ ਭਾਰਤ ਜਾਂ ਪੰਜਾਬ ਦੀ ਧਰਤੀ ਉੱਤੇ, ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵੱਸਦੀਆਂ ਹਨ ਉੱਥੇ ਉੱਥੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ। ਇੱਥੋਂ ਤੀਕ ਹੈ ਕਿ ਜਿਹੜੇ ਹੋਰਨਾਂ ਧਰਮਾਂ ਨੂੰ ਮੰਨਣ ਵਾਲੇ ਹਨ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਮੁਰਸ਼ਦ, ਪੀਰ, ਰਹਿਬਰ, ਰੱਬ ਮੰਨਦੇ ਹਨ ਅਤੇ ਵੱਖ ਵੱਖ ਨਾਵਾਂ ਦੇ ਨਾਲ ਪੁਕਾਰਦੇ ਹੋਏ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹਨ। ਜਦੋਂ ਨਗਰ ਕੀਰਤਨ ਆਰੰਭ ਹੋਣਾ ਹੈ, ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ, ਮੁੱਖ ਸਕੱਤਰ ਕੁਲਵੰਤ ਸਿੰਘ ਜੀ ਮੰਨਣ, ਇਤਾਦਕ ਜਿਹੜੀਆਂ ਹਸਤੀਆਂ ਹਨ ਸਾਡੇ ਵਿੱਚ ਮੌਜੂਦ ਹਨ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਜੀ ਕਲਿਆਣ, ਅਤੇ ਇਸੇ ਤਰ੍ਹਾਂ ਮੈਂਬਰ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ, ਇਹ ਸਾਰੇ ਹਾਜ਼ਰੀਆਂ ਲਵਾਉਣਗੇ। ਸੰਗਤਾਂ ਨੂੰ ਜੋ ਗੁਰੂ ਨਾਨਕ ਸਾਹਿਬ ਜੀ ਦਾ ਮੈਸੇਜ ਹੈ ਜਿਹੜਾ ਦਿੱਤਾ ਵੀ ਉਹਨਾਂ ਇਸ ਧਰਤੀ ਤੋਂ ਹੈ, ਸਭ ਤੋਂ ਪਹਿਲਾਂ ਕਿਰਤ ਆਪ ਉਹਨਾਂ ਨੇ ਕੀਤੀ ਮੋਦੀ ਖਾਨੇ ਦੀ, ਅਤੇ ਦੂਜਾ ਵੰਡ ਛਕਣ ਦੀ, ਫਿਰ ਉਹਨਾਂ ਨੇ 13-13 ਤੋਲ ਕੇ ਗਰੀਬਾਂ ਨੂੰ ਦੌਲਤਾਂ ਅਤੇ ਧਨ ਦੇ ਨਾਲ ਨਿਹਾਲ ਕੀਤਾ, ਫਿਰ ਤੀਜਾ ਨਾਮ ਜਪਣ ਦੀ ਗੱਲ। ਜਦੋਂ 3 ਦਿਨ ਇਸ ਨਦੀ ਵਿੱਚੋਂ ਅਲੋਪ ਰਹੇ, ਇੱਥੇ ਵੀ ਜੋ ਭੋਰਾ ਸਾਹਿਬ ਅਸਥਾਨ ਹੈ ਹਰ ਰੋਜ਼ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਅਸਥਾਨ 'ਤੇ ਆ ਕੇ ਇਸ਼ਨਾਨ ਕਰਦੇ ਅਤੇ ਫਿਰ ਬੈਠ ਕੇ ਉਹ ਉਸ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਜਾਂਦੇ। 3 ਦਿਨ ਇੱਥੋਂ ਨਦੀ ਵਿੱਚੋਂ ਉਹ ਚੁੱਭੀ ਮਾਰ ਕੇ ਗੁਰਦੁਆਰਾ ਸੰਤ ਘਾਟ ਵਿਖੇ ਨਿਕਲੇ, ਉੱਥੇ ਉਹਨਾਂ ਨੇ ਜੋ ਮੂਲ ਮੰਤਰ ਦਾ ਜਾਪ ਦੱਸਿਆ ਹੈ ਉਹੀ ਉਪਦੇਸ਼ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਹੋਇਆ। ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਇਸ ਨੂੰ ਹੀ ਆਪਾਂ ਦੁਹਰਾਉਂਦੇ ਹਾਂ। ਇਹ ਸਾਡੇ ਗੁਰੂ ਸਾਹਿਬ ਜੀ ਨੇ ਪੂਰਨੇ ਪਾਏ ਹਨ, ਉਹਨਾਂ ਉੱਤੇ ਹੀ ਆਪਾਂ ਚੱਲਣਾ ਹੈ। ਅਤੇ ਸੰਗਤਾਂ ਨੂੰ ਵੀ ਇਹੋ ਬੇਨਤੀਆਂ ਕਰਦਾ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਉੱਤੇ ਆਪਾਂ ਪਹਿਰਾ ਦੇਈਏ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਸਾਡੇ ਨਾਲ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ ਗੱਲਬਾਤ ਕਰਾਂਗੇ। ਬਾਬਾ ਜੀ ਪ੍ਰਕਾਸ਼ ਪੁਰਬ ਤੋਂ ਬਾਅਦ ਮਹੱਲਾ ਵੀ ਕੱਢਿਆ ਜਾਣਾ ਔਰ ਖਾਸ ਤੌਰ ਤੇ ਮਹੱਲਾ ਜਿਹੜਾ ਨਿਹੰਗ ਸਿੰਘ ਫੌਜਾਂ ਕਰਦੀਆਂ ਨੇ ਉਹ ਦੇਖਣ ਵਾਲਾ ਹੁੰਦਾ ਔਰ ਖਾਸ ਖਿੱਚ ਦਾ ਕੇਂਦਰ ਹੁੰਦਾ। ਇਸ ਵਾਰ ਕੀ ਤਿਆਰੀਆਂ ਹੈਗੀਆਂ? ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਅੱਜ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਤੁਸੀਂ ਪਿੱਛੇ ਵੇਖ ਰਹੇ ਜੇ ਜਿਸ ਸਥਾਨ ਤੇ ਅੱਜ ਮੀਟਿੰਗ ਹਾਲ ਦੇ ਵਿੱਚ ਸੋ ਨਗਰਾਂ ਦੀ ਸੰਗਤ ਦੇ ਨਾਲ ਅੱਜ ਸਾਡੇ ਸਰਦਾਰ ਜਗੀਰ ਸਿੰਘ ਜੀ ਕਾਲਰੂ ਪ੍ਰਧਾਨ ਸਾਹਿਬ, ਸਰਦਾਰ ਸਾਹਿਬ ਸਿੰਘ ਜੀ ਸ਼ੇਖ ਮਾਗਾ ਤੇ ਜੱਗਾ ਸਿੰਘ ਜੀ, ਸਰਦਾਰ ਸਤਨਾਮ ਸਿੰਘ ਜੀ ਸਾਡੇ ਬਾਬਾ ਜੀ ਜੋ ਪਿੱਛੋਂ ਦੇ ਮਾਝੇ ਦੇ ਨੇ, ਇੱਥੇ ਸੁਲਤਾਨਪੁਰ ਦੇ ਵਸਨੀਕ ਨੇ, ਇਹਨਾਂ ਸਾਰਿਆਂ ਦੀ ਰਹਿਨਮਾਈ ਦੇ ਵਿੱਚ ਮੀਟਿੰਗ ਇਕੱਤਰਤਾ ਕੀਤੀ ਗਈ ਹੈ ਜੋ ਕਿ ਮਿਤੀ 15 ਤੇ 16 ਨਵੰਬਰ 2024 ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਉਸ ਦੇ ਸੰਬੰਧ ਵਿੱਚ ਲੰਗਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਜਲ ਦੀਆਂ ਟੈਂਕੀਆਂ ਜਾਂ ਸਫਾਈ ਦੀ ਜਾਂ ਟੈਂਟ ਦੀ ਜੋ ਵੀ ਸਾਊਂਡ ਦੀ ਸਾਰੀਆਂ ਡਿਊਟੀਆਂ ਵੱਖ ਵੱਖ ਅੱਜ ਸਾਰੇ ਇਹਨਾਂ ਨੇ ਆਪੋ ਵਿੱਚ ਗੌਰਮਤਾ ਕਰਕੇ ਸਾਰਿਆਂ ਸਿੰਘਾਂ ਦੀਆਂ ਲਾਈਆਂ ਕਿ ਕਿਸ ਤਰ੍ਹਾਂ ਬਾਹਰੋਂ ਆਈ ਹੋਈ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤ ਆਉਣੀ, ਉਹਨਾਂ ਦੀ ਆਮਦ ਤੇ ਲੰਗਰ ਦੇ ਕੀ ਪ੍ਰਬੰਧ ਹੋਣੇ ਹਨ ਕੀ ਸਾਰੇ ਅੱਜ ਮਨੰਜ ਸਾਹਿਬ ਦੇ ਨਾਲ ਵੀ ਗੁਰਮਤਾ ਕਰਕੇ ਕੀਤੇ ਗਏ ਆ। ਸੋ 16 ਨਵੰਬਰ 2024 ਨੂੰ ਨਿਹੰਗ ਸਿੰਘ ਦਲਾਂ ਵੱਲੋਂ ਜੋ ਗੁਰਦੁਆਰਾ ਬੇਰ ਸਾਹਿਬ ਦੇ ਅਸਥਾਨ ਤੋਂ ਅਰਦਾਸ ਕਰਕੇ ਜਿਹੜਾ ਸ਼ਾਨਦਾਰ ਮਹੱਲਾ ਘੋੜਿਆਂ ਹਾਥੀਆਂ ਊਠਾਂ ਦੇ ਸਵੇਤ ਜਿਹੜਾ ਸਜਾਇਆ ਜਾਣਾ ਹੈ ਜੋ ਗੁਰਦੁਆਰਾ ਸੰਤ ਘਾਟ ਵਿਖੇ ਜਾ ਕੇ ਸਮਾਪਤੀ ਹੋਣੀ ਹੈ ਤੇ ਸਮਾਪਤੀ ਤੋਂ ਉਪਰੰਤ ਨਿਹੰਗ ਸਿੰਘਾਂ ਵੱਲੋਂ ਘੋੜ ਸਵਾਰੀ ਦੇ ਤੇ ਘੋੜ ਦੌੜ ਦੇ ਜਿਹੜੇ ਤੇਜੇਬਾਜ਼ੀ ਦੇ ਜੌਹਰ ਵਿਖਾਏ ਜਾਣੇ ਆ ਜੋ ਜੰਗਜੂ ਕਰਤਬ ਹਨ ਉਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ। ਸੋ ਇਸ ਦੇ ਸੰਬੰਧ ਵਿੱਚ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਮੀਟਿੰਗ ਕੀਤੀ ਗਈ। ਬਾਬਾ ਜੀ ਜਿਸ ਤਰ੍ਹਾਂ ਕਿ ਲਗਾਤਾਰ ਸਿੱਖ ਬਾਬਾ ਜੀ ਕੀ ਕਹਿਣਾ ਵਿਰਸਾ ਸਿੰਘ ਬਲਟੋਹਾ ਦੇ ਬਿਆਨ ਜਥੇਦਾਰ ਹਰਪ੍ਰੀਤ ਜੀ ਦੇ ਉੱਪਰ ਕਈ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ? ਦੇਖੋ ਜੀ ਜੇ ਕੋਈ ਕਿਸੇ ਦਾ ਪਰਿਵਾਰ ਹੋਊਗਾ ਤੇ ਕੋਈ 2 ਭਾਂਡੇ 4 ਖੜਕਦੇ ਵੀ ਰਹਿਣਗੇ, ਜੇ ਹੋਊ ਵੀ ਨਾ ਕਿਸੇ ਦਾ ਕੋਈ ਤੇ ਖੜਕੂਗਾ ਕੀ? ਆਪਾਂ ਇਹ ਤੇ ਚਲੋ ਸਾਡੇ ਸਿੱਖ ਧਰਮ ਦੀ ਗੱਲ ਆ, ਸਾਡੇ ਸਮਾਜ ਦੀ ਗੱਲ ਆ, ਆਪਣੇ ਘਰ ਦੇ ਵਿੱਚ ਵੀ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਤੇ ਇਹ ਤੇ ਚੱਲਦਾ ਹੀ ਆਇਆ ਆਦ ਕਾਲ ਤੋਂ, ਜੋ ਸਿੱਖ ਧਰਮ ਪੈਦਾ ਆਇਆ ਉਦੋਂ ਤੋਂ ਹੀ ਚੱਲਦਾ ਆ ਰਿਹਾ। ਹਾਂ ਬਾਬਾ ਜੀ ਜਿਸ ਤਰ੍ਹਾਂ ਕਿ ਰਵਨੀਤ ਬਿੱਟੂ ਨੇ ਵੀ ਕੱਲ੍ਹ ਸੈਂਟਰ ਦੇ ਮਿਨਿਸਟਰ ਨੇ ਕਿਸਾਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਦਿੱਤੇ ਹੈਗੇ ਉਹਦੇ ਬਾਰੇ? ਮੈਂ ਤੇ ਉਹਦੇ ਬਿਆਨ ਸੁਣੇ ਨਹੀਂ ਜੀ, ਮੈਂ ਸੁਣੇ ਨਹੀਂ ਬਿਆਨ ਉਹਦੇ ਕੀ ਦਿੱਤਾ ਬਿਆਨ ਉਹਨਾਂ ਉਹਦਾ ਬਿਆਨ ਕੋਈ ਸੁਣਿਆ ਨਹੀਂ ਵੀ ਕੀ ਉਹਨੇ ਕਿਹਾ ਵਾ, ਜੇ ਸੁਣਿਆ ਹੋਵੇ ਤੇ ਫਿਰ ਬੰਦਾ ਜਵਾਬ ਵੀ ਦੇ ਦਿੰਦਾ। ਹਾਂਜੀ ਇਹ ਸਨ ਬਾਬਾ ਮੇਜਰ ਸਿੰਘ ਸੋਢੀ ਜਿਹਨਾਂ ਦੇ ਵੱਲੋਂ ਜਿਹੜਾ ਕਿ 16 ਤਰੀਕ ਨੂੰ ਮਹੱਲਾ ਸਜਾਇਆ ਗਿਆ ਨਾ ਵੱਖ ਵੱਖ ਨਿਹੰਗ ਸਿੰਘ ਫੌਜਾਂ ਦੇ ਵੱਲੋਂ, ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੈਮਰਾਮੈਨ ਬਿੱਟੂ ਦੇ ਨਾਲ ਇੰਦਰਜੀਤ ਸਿੰਘ ਚਾਹਲ, ਸੁਲਤਾਨਪੁਰ ਲੋਧੀ।